ਇਨਸਪਾਇਰ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਜ ਜਿਹਦੇ ਵਿੱਚ ਇਹ ਕਹਿੰਦੇ ਆ ਹਰ ਸਿਮਰਿਤਕੌਰ ਬਾਦਲ ਬੀਬੀ ਜੀ ਸਮੇਤ ਸਾਰੇ ਪੰਥ ਦੇ ਉਹ ਰਾਖਿਓ ਜੇ ਭਗਵੰਤ ਮਾਨ ਹੋਰਾਂ ਵੱਲੋਂ ਦੁਖਵੀਰ ਦੇ ਦਾੜੇ ਬਾਰੇ ਕਹੀ ਗੱਲ ਦੀ ਤੁਹਾਨੂੰ ਇੰਨੀ ਤਕਲੀਫ ਹੋਈ ਆ ਤੇ ਸੁਖੇ ਬਾਈ ਦੀ ਦਾੜੀ ਤੁਹਾਨੂੰ ਪੰਥ ਦਾ ਦਾੜਾ ਸਾਹਿਬ ਮਹਿਸੂਸ ਹੁੰਦਾ ਤਾਂ ਸਰਦਾਰ ਕੇਪੀਐਸ ਗਿੱਲ ਤੇ ਬਦਮਾਸ਼ ਬੁੱਚੜ ਪੂਲੇ ਨਹਿੰਗ ਦਾ ਦਾੜਾ ਵੀ ਗੁਰੂ ਦੀ ਦੇਣ ਹੀ ਸਮਝਣਾ ਪਵੇਗਾ ਗਿੱਲ ਤੇ ਪੂਲੇ ਨੂੰ ਪੰਥ ਦੋਖੀ ਕਿਉਂ ਕਹਨੇ ਹੋ ਸਰਦਾਰ ਭਗਵੰਤ ਸਿੰਘ ਮਾਨ ਨੇ 도ਗਲੇ ਕਿਰਦਾਰ ਦੀ ਗੱਲ ਕਰਦਿਆਂ ਸੁਖੇ ਬਾਈ ਦਾੜੀ ਸਾਹਿਬ ਬਾਰੇ ਗੱਲ ਕੀਤੀ ਸੀ ਨਾ ਕਿ ਗੁਰੂ ਦੀ ਮੋਹਰ ਦੀ ਤੋਹੈਣ ਕੀਤੀ ਆ ਸ਼੍ਰੀਮਤੀ ਬਾਦਲ ਜੀ ਪੰਜਾਬ ਬਹੁਤ ਸਿਆਣਾ ਹੋ ਰਿਹਾ ਤੁਹਾਡੇ ਧਰਮ ਦੀ ਆੜ ਲੈ ਕੇ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦਾ ਸਮਾਂ ਬਹੁਤ ਤੇਜ ਆ ਕਿਰਦਾਰ ਉੱਚੇ ਕਰੋ ਸੱਚੇ ਕਿਰਦਾਰਾਂ ਤੇ ਹੀ ਦਾੜੀ ਪ੍ਰਕਾਸ਼ ਸੋਹਣਾ ਲੱਗਦਾ ਨਾ ਕਿ ਸੁਮੇத் ਸੈਣੀ ਤੇ ਅਝਹਾਰ ਆਲਮਾਰਗਿਆਂ ਨੂੰ ਤਾਕਤਾਂ ਤੇ ਬਿਠਾਉਣ ਵਾਲਿਆਂ ਦੇ ਮੂੰਹ ਤੇ ਜੇ ਇੰਨੀ ਹੀ ਇੱਜ਼ਤ ਸੀ ਦਾੜੀ ਦੀ ਤਾਂ ਬਰਗਾੜੀ ਵਿੱਚ ਗੀਰਤਨ ਕਰਨ ਵਾਲਿਆਂ ਦੀਆਂ ਦਾੜੀਆਂ ਤੇ ਕੇਸਾਂ ਵਿੱਚ ਗੰਦੇ ਪਾਣੀ ਦੀਆਂ ਮਿਸ਼ਾਰਾਂ ਕਿਸ ਨੇ ਪਵਾਇਆਂ ਸੀ ਕੀ ਦਾੜੀ ਇਕੱਲੀ ਤੁਹਾਡੀ ਆ ਤੇ ਉਹ ਪੰਥਾ ਹੁਣ ਰਾਜਨੀਤੀ ਧਰਮ ਦੀ ਆੜ ਵਿੱਚ ਨਹੀਂ ਜਿੱਤੀ ਜਾਣੀ ਜਿੰਨੀ ਛੇਤੀ ਇਹ ਗੱਲ ਸਮਝ ਜਾਵੋਗੇ ਵਧੀਆ ਰਹੂ ਪੀਟੀਸੀ ਦੀ ਕਮਾਈ ਐਵੇਂ ਬਚਾਈ ਨਹੀਂ ਜਾਣੀ ਭੁੱਲ ਚੁੱਕ ਮੁਆਫ ਤਾਂ ਇਹ ਪੋਸਟਰ ਜੋ ਕਿ ਹਰਨੇਕ ਸਿੰਘ ਨਿਊਜ਼ੀਲੈਂਡ ਨੇ ਸ਼ੇਅਰ ਕੀਤੀ ਆ ਇਹਦੇ ਬਾਰੇ ਤੁਹਾਡੇ ਸਭ ਦੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ